ਤੇ ਪੱਤਾ ਰੰਗ ਚਾਟ ਕਹਿ ਦਿੰਦੇ ਨੇ ਇਹਨੂੰ। ਇਹ ਕੈਮੀਕਲ ਫ੍ਰੀ ਜੇ ਆਪਾਂ ਕਰਨੀ ਆ ਖੇਤੀ। ਹੁਣ ਇਹ ਅੱਟ ਦੀ ਖਾਸੀਅਤ ਇਹ ਆ ਜੀ, ਇਹ ਕੈਮੀਕਲ ਤੇ ਪੈਸਟੀਸਾਈਡ ਫ੍ਰੀ ਆ। ਇਹਦੇ ਵਿੱਚ ਕੀ ਆ ਜੀ, ਅਸੀਂ ਕਣਕ ਦੀਆਂ ਗੁੜਾਈਆਂ ਕਰਦੇ ਆ ਅਸੀਂ। ਪੱਤਾ ਲਪੇੜ ਦੀ ਸੁੰਡੀ ਤੇ ਗੋਹ ਵਾਲੀ ਸੁੰਡੀ ਨੂੰ ਰੋਕਣ ਦੇ ਲਈ ਅਸੀਂ ਆ ਟ੍ਰਾਈਕੋਕਾਰ ਜੋ PAU ਦੇ ਵਿੱਚੋਂ ਮਿਲ ਜਾਂਦੇ ਨੇ, ਐਂਟੋਮੋਲੋਜੀ ਡਿਪਾਰਟਮੈਂਟ ਦੇ ਵਿੱਚੋਂ 25 ਦਿਨ ਦੀ ਬਾਸਮਤੀ ਹੋ ਜਾਂਦੀ ਹੈ ਜੀ। 25 ਦਿਨਾਂ ਤੋਂ ਅਸੀਂ ਇੱਕ ਕਾਲ 1 ਏਕੜ ਦਾ ਲੱਗਦਾ। ਜਦੋਂ ਇਹਨੂੰ ਧੁੱਪ ਲੱਗਦੀ ਇਹਦੇ ਵਿੱਚੋਂ ਮਿੱਤਰ ਕੀੜੇ ਨਿਕਲਦੇ ਨੇ ਜੀ ਆਪਣੇ। ਤੇਲਾ ਸ਼ੁਰੂ ਹੋਣ ਤੋਂ ਪਹਿਲੀ ਉਹਦੀਆਂ ਸਪਰੇਆਂ ਕਰ ਦੋ, ਪ੍ਰੀ ਉਹ ਕਰ ਦੋ ਉਹਦਾ। 5000 ਮੁਰਗੇ ਦਾ ਮੇਰਾ ਬੋਇਲਰ ਦਾ, ਤੇ ਘਰੇ ਮੈਨੇ ਮੁਰਗੀਆਂ ਰੱਖੀਆਂ ਨੇ ਦੇਸੀ ਮੁਰਗੀਆਂ ਜੀ ਸਰ। ਇਹ ਮੁਰਗੀਆਂ ਨੂੰ ਆਪਾਂ ਕੋਈ ਮਾਰਕੀਟ ਵਾਲੀ ਫੀਡ ਨਹੀਂ ਪਾਉਂਦੇ, ਖੁੱਲੇ ਬਾੜੇ 'ਚ ਰੱਖੀਆਂ ਹੋਈਆਂ ਨੇ, ਰੂੜੀ ਦੇ ਉੱਪਰ ਛੱਡੀਆਂ ਹੋਈਆਂ ਨੇ ਜੀ ਮੁਰਗੀਆਂ। ਯੂਰੀਆ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਇਹ ਆਪਣੇ ਪੱਤਾ ਰੰਗ ਚਾਟ ਆਉਂਦਾ, ਇੱਕ ਗ੍ਰੀਨ ਸਿੱਕਰ ਆਉਂਦਾ, ਸੋ ਇਹਦੇ ਨਾਲ ਆਪਣੀ ਯੂਰੀਆ ਪਾਓ ਤੇ ਆਪਣੇ ਪਰਿਵਾਰ ਨੂੰ ਬਚਾਓ। ਸਤਿ ਸ਼੍ਰੀ ਅਕਾਲ, ਮੇਰਾ ਫਾਰਮ ਹਾਊਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਅਸੀਂ ਫਿਰ ਤੋਂ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਲੈ ਕੇ, ਜਿਸ ਦੇ ਵਿੱਚ ਅਸੀਂ ਤੁਹਾਨੂੰ ਕਣਕ ਬਾਸਮਤੀ ਦੇ ਚਾਵਲ ਤੇ ਆਰਗੈਨਿਕ ਐਗ ਦੀ ਜਾਣਕਾਰੀ ਦੇਵਾਂਗੇ। ਉੱਥੇ ਸਾਡੇ ਨਾਲ ਸਰ ਜੁੜੇ ਨੇ। ਸਤਿ ਸ਼੍ਰੀ ਅਕਾਲ ਸਰ, ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਜਾਣਕਾਰੀ ਦਿਓ ਤੇ ਆਪਣੇ ਪ੍ਰੋਡਕਟਸ ਬਾਰੇ ਦੱਸੋ। ਮੈਂ ਮੇਰਾ ਨਾਮ ਹਰਦੀਪ ਸਿੰਘ ਆ ਜੀ, ਪਿੰਡ ਮੇਰਾ ਸਕਰੌਦੀ ਆ ਤੇ ਮੈਂ ਪਿਛਲੇ 2019 ਤੋਂ ਮੈਂ ਕੈਮੀਕਲ ਤੇ ਪੈਸਟੀਸਾਈਡ ਫ੍ਰੀ ਆਪਣੀ ਬਾਸਮਤੀ ਮੂੰਗੀ ਤੇ ਆਟੇ ਦੀ ਖੇਤੀ ਕਰ ਰਿਹਾ ਜੀ। ਤੇ ਮੇਰੀ ਸਰਟੀਫਿਕੇਸ਼ਨ ਵੀ PAU ਵੱਲੋਂ ਸਰਟੀਫਿਕੇਸ਼ਨ ਹੋਈ ਹੈ ਜੀ ਮੇਰੀ। ਤੇ ਜੋ ਇਹ ਖੇਤੀ ਮੈਂ ਕਰ ਰਿਹਾ, ਬਿਲਕੁਲ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਪੈਸਟੀਸਾਈਡ ਨਹੀਂ ਅਸੀਂ ਯੂਜ਼ ਕਰਦੇ ਜੀ ਸਰ। ਤੇ ਤੁਸੀਂ ਦੇਖ ਸਾਨੂੰ ਸਰ, ਤੁਸੀਂ ਇੱਕ ਵਾਰੀ ਆਪਣੇ ਪ੍ਰੋਡਕਟ ਬਾਰੇ ਦੱਸੋ ਕਿ ਕਿਹੜੇ ਕਿਹੜੇ ਪ੍ਰੋਡਕਟ ਤੁਸੀਂ ਅੱਜ ਇੱਥੇ ਲੈ ਕੇ ਆਏ ਹੋ। ਮੈਂ ਆਇਆ ਜੀ ਇੱਕ ਤਾਂ ਆਟਾ ਲੈ ਕੇ ਆਇਆ ਜੀ ਜੀ ਸਰ, ਠੀਕ ਹੈ, ਕੈਮੀਕਲ ਤੇ ਪੈਸਟੀਸਾਈਡ ਫ੍ਰੀ ਆਟਾ ਜੀ। ਖਾਸੀਅਤ ਕੀ ਹੈ ਸਰ ਇਸ ਆਟੇ ਦੀ? ਹੁਣ ਇਹ ਆਟੇ ਦੀ ਖਾਸੀਅਤ ਇਹ ਹੈ ਜੀ, ਇਹ ਕੈਮੀਕਲ ਤੇ ਪੈਸਟੀਸਾਈਡ ਫ੍ਰੀ ਆ। ਇਹਦੇ ਵਿੱਚ ਕੀ ਆ ਜੀ, ਅਸੀਂ ਕਣਕ ਦੀਆਂ ਗੁੜਾਈਆਂ ਕਰਦੇ ਹਾਂ ਅਸੀਂ, ਕੋਈ ਪੈਸਟੀਸਾਈਡ ਗੁੱਲੀ ਡੰਡੇ ਦੀ ਕੋਈ ਅਸੀਂ ਸਪਰੇਅ ਨਹੀਂ ਕਰਦੇ, ਉਹਦੇ ਵਿੱਚ ਅਸੀਂ ਉਹਦੀਆਂ ਗੁੜਾਈਆਂ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਅੰਦਰ ਤੇ ਗੁੜਾਈਆਂ ਕਰਦੇ ਹਾਂ ਆਟੇ ਦੇ ਵਿੱਚ। ਤੇ ਇਹਨਾਂ ਦੇ ਵਿੱਚ ਅਸੀਂ ਕਣਕ ਬੀਜਣ ਤੋਂ ਪਹਿਲਾਂ ਮੁਰਗੀ ਦਾ ਰੇਹ ਪਾਉਂਦੇ ਹਾਂ, ਮੁਰਗੀਆਂ ਦਾ ਰੇਹ ਜੀ 2.5 ਟਨ 1 ਏਕੜ ਦਾ ਜੀ। ਇੱਦਾਂ ਹੀ ਅਸੀਂ ਜਿਵੇਂ ਬਾਸਮਤੀ ਚਾਵਲ ਲਗਾਉਂਦੇ ਹਾਂ, ਇਹਦੇ ਵਿੱਚ ਹਰੀ ਖਾਦ ਮੂੰਗੀ ਦੀ ਖਾ ਮੂੰਗੀ ਆ ਜਿਹੜੀ ਵਿੱਚ ਪਾਈ ਕਰਦੇ ਹਾਂ ਜੀ, ਤੇ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਪੈਸਟੀਸਾਈਡ ਨਹੀਂ ਵਰਤਦੇ। ਪਰ ਪੱਤਾ ਲਪੇੜ ਦੀ ਸੁੰਡੀ ਤੇ ਗੋਹ ਵਾਲੀ ਸੁੰਡੀ ਨੂੰ ਰੋਕਣ ਦੇ ਲਈ ਅਸੀਂ ਆ ਟ੍ਰਾਈਕੋਕਾਰ ਜੋ PAU ਦੇ ਵਿੱਚੋਂ ਮਿਲ ਜਾਂਦੇ ਨੇ ਐਂਟੋਮੋਲੋਜੀ ਡਿਪਾਰਟਮੈਂਟ ਦੇ ਵਿੱਚੋਂ, ਇਹ ਟ੍ਰਾਈਕੋਕਾਰ ਅਸੀਂ ਯੂਜ਼ ਕਰਦੇ ਹਾਂ। ਜਦੋਂ ਸਾਡੀ 25 ਦਿਨ ਦੀ ਬਾਸਮਤੀ ਹੋ ਜਾਂਦੀ ਹੈ ਜੀ, 25 ਦਿਨਾਂ ਤੋਂ ਅਸੀਂ ਇਹ ਇੱਕ ਕਾਰਡ 1 ਏਕੜ ਦਾ ਲੱਗਦਾ, 1 ਏਕੜ ਦਾ 1 ਕਾਰਡ ਲੱਗਦਾ ਜੀ ਇਹ। 25 ਦਿਨਾਂ ਤੋਂ ਅਸੀਂ ਸ਼ੁਰੂ ਕਰ ਲੈਂਦੇ ਹਾਂ ਤੇ ਹਫ਼ਤੇ ਹਫ਼ਤੇ ਬਾਅਦ 5 ਤੋਂ 6 ਕਾਰਡ ਇਹ ਅਸੀਂ ਮਤਲਬ ਲਗਾਉਂਦੇ ਹਾਂ ਇਹ। ਤੇ ਸਰ ਜਿਵੇਂ ਤੁਸੀਂ ਕਹਿੰਦਾ 5 ਤੋਂ 6 ਕਾਰਡ ਲੱਗ ਜਾਂਦੇ ਤੇ ਇਹਨੂੰ ਯੂਜ਼ ਕਿਸ ਤਰ੍ਹਾਂ ਕਰਦੇ ਹੋ? ਮੈਮ ਇਹਦੀਆਂ ਸਟ੍ਰਿਪਸ ਨਿਕਲ ਆਉਂਦੀਆਂ ਨੇ, ₹50 ਦਾ ਕਾਰਡ ਇਹ ਮਿਲਦਾ PAU ਦੇ ਵਿੱਚੋਂ ਜੀ ਸਰ। ਤੇ ਇਹਦੀਆਂ ਸਟ੍ਰਿਪਾਂ ਬਣ ਜਾਂਦੀਆਂ ਇੱਦਾਂ ਜੀ ਸਰ। ਤੇ ਉਸ ਤੋਂ ਬਾਅਦ ਇਹਨੂੰ ਕੱਲੇ ਕੱਲੇ ਨੂੰ ਅਸੀਂ ਪੱਤੇ ਜਦੋਂ 11-12 ਵੱਜ ਜਾਂਦੇ ਨੇ ਧੁੱਪ ਨਿਕਲ ਆਉਂਦੀ ਆ, ਬਾਸਮਤੀ ਦੇ ਉੱਪਰਲੇ ਪੱਤੇ ਦੇ ਉੱਤੇ ਲਗਾਉਂਦੇ ਆ ਅਸੀਂ ਇਹਨੂੰ ਸਟੈਪਲਰ ਦੇ ਨਾਲ ਜੀ ਸਰ। ਉਸ ਤੋਂ ਬਾਅਦ ਕੀ ਆ, ਜਦੋਂ ਇਹਨੂੰ ਧੁੱਪ ਲੱਗਦੀ ਇਹਦੇ ਵਿੱਚੋਂ ਮਿੱਤਰ ਕੀੜੇ ਨਿਕਲਦੇ ਨੇ ਜੀ ਆਪਣੇ, ਜੋ ਮਿੱਤਰ ਕੀੜੇ ਨੇ ਜਾ ਕੇ ਆਪਣੇ ਗੋਹ ਵਾਲੀ ਸੁੰਡੀ ਜਾਂ ਪੱਤਾ ਲਭੇੜੀ ਸੁੰਡੀ ਦਾ ਜੋ ਆਂਡਾ ਹੁੰਦਾ ਉਹਦੇ ਵਿੱਚ ਆਪਦਾ ਇੱਗ ਦਿੰਦੇ ਨੇ, ਉਸ ਦੇ ਨਾਲ ਇਹਨਾਂ ਦਾ ਸਾਈਕਲ ਜਾਂ ਉੱਥੋਂ ਮਿੱਤਰ ਕੀੜੇ ਹੋਰ ਪੈਦਾ ਹੁੰਦੇ ਨੇ, ਮਤਲਬ ਪੱਤਾ ਲਭੇੜ ਸੁੰਡੀ ਪੈਦਾ ਨਹੀਂ ਹੁੰਦੀ ਹੈਗੀ। ਪਰ ਜੇ ਵੀ ਆਪਣੀ ਰੋਕਥਾਮ ਨਹੀਂ ਹੁੰਦੀ, ਵੈਸੇ ਤਾਂ ਇਹਦੇ ਨਾਲ ਹੋ ਜਾਂਦੀ ਆ, ਜੇ ਫਿਰ ਵੀ ਪੱਤਾ ਲਭੇੜ ਸੁੰਡੀ ਦੀ ਰੋਕਥਾਮ ਨਹੀਂ ਹੁੰਦੀ, ਫਿਰ ਆਪਾਂ ਇੱਕ ਖੋਪੇ ਦੀ ਰੱਸੀ ਜਾਂ ਮੁੰਜ ਦੀ ਰੱਸੀ ਕਹਿ ਦਿੰਦੇ ਹਾਂ ਲੈ ਕੇ ਉਹਨੂੰ 15-20 ਮੀਟਰ ਲੰਬੀ ਪਾਣੀ ਦਾ ਕਿਆਰਾ ਭਰ ਕੇ ਉਹਨੂੰ ਇੱਕ ਵਾਰੀ ਇੱਧਰ ਨੂੰ ਫੇਰ ਦਿਓ, ਇੱਕ ਵਾਰੀ ਫੇਰ ਵਾਪਸ ਫੇਰ ਦਿਓ, ਉਹਦੇ ਨਾਲ ਜਿਹੜੀ ਸੁੰਡੀ ਹੁੰਦੀ ਆ ਪੱਤਾ ਲਭੇੜੀ ਉਹ ਥੱਲੇ ਪਾਣੀ 'ਚ ਗਿਰ ਜਾਂਦੀ ਆ ਤੇ ਉਹ ਖਤਮ ਹੋ ਜਾਂਦੀ ਹੈ ਜੀ। ਤੇ ਉਸ ਤੋਂ ਬਾਅਦ ਆਉਂਦਾ ਤੇਲਾ, ਉੱਪਰ ਕਹਿੰਦੇ ਜੀ ਆਪਾਂ ਤੇਲੇ ਨੂੰ ਰੋਕਣ ਵਾਸਤੇ, ਤੇਲੇ ਦੀ ਰੋਕਥਾਮ ਲਈ ਆਪਾਂ ਨਿੰਮ ਆਇਲ ਦੀ ਸਪਰੇਅ ਕਰਦੇ ਹਾਂ, 2 ਸਪਰੇਆਂ ਕਰ ਦਿੰਦੇ ਹਾਂ ਜੀ ਆਪਾਂ। ਤੇਲਾ ਸ਼ੁਰੂ ਹੋਣ ਤੋਂ ਪਹਿਲੀ ਉਹਦੀਆਂ ਸਪਰੇਆਂ ਕਰ ਦਿਓ, ਪ੍ਰੀ ਉਹ ਕਰ ਦਿਓ ਉਹਦਾ ਮਤਲਬ ਕਰ ਦਿਓ ਮਤਲਬ ਸਪਰੇ ਤੇ ਤੇਲੇ ਉਹ ਕਰ ਦੇਣਾ। ਤੇ ਐਗ ਦਾ ਸਰ ਮੇਰਾ ਬੋਇਲਰ ਦਾ ਪੋਲਟਰੀ ਫਾਰਮ ਵੀ ਆ, KVK ਖੇੜੀ ਤੋਂ ਮੈਂ ਟ੍ਰੇਨਿੰਗ ਲੈਤੀ ਸੀ ਇੱਥੋਂ ਜੀ। ਤੇ ਇਹ ਪੱਤਾ ਰੰਗ ਚਾਟ ਕਹਿ ਦਿੰਦੇ ਨੇ ਇਹਨੂੰ, ਇਹ ਕੈਮੀਕਲ ਫ੍ਰੀ ਜੇ ਆਪਾਂ ਕਰਨੀ ਆ ਖੇਤੀ। ਉਹਦੇ ਵਿੱਚ ਕੀ ਆ, ਜੇ ਆਪਾਂ ਨੂੰ ਯੂਰੀਆ ਦੀ ਲੋੜ ਪੈਂਦੀ ਆ, ਆਪਾਂ ਨਾ ਇਹਨੂੰ 21 ਦਿਨ ਦੀ ਜਦੋਂ ਆਪਣੀ ਫਸਲ ਹੋ ਜੇ ਬਾਸਮਤੀ, ਇਹਨੂੰ 21 ਨੰਬਰ 4 ਨਾਲ ਮਿਲਾਓ। ਜੇ 4 ਨੰਬਰ 21 ਦੇ ਨਾਲ ਮਿਲਾ ਕੇ ਜੇ ਪੱਤੇ ਦਾ ਰੰਗ ਗੂੜਾ, ਜੇ ਗੂੜਾ ਰੰਗ ਆ ਤਾਂ ਕੋਈ ਯੂਰੀਆ ਨਹੀਂ ਉਹਦੇ ਵਿੱਚ ਪਾਉਣੀ ਹੈਗੀ, ਪਰ ਜੇ 4 ਨੰਬਰ ਤੋਂ ਫਿੱਕਾ ਰੰਗ ਆ ਤਾਂ ਉਹਦੇ ਵਿੱਚ 9 ਕਿਲੋ ਯੂਰੀਆ ਪ੍ਰਤੀ ਏਕੜ ਵਰਤੋ। ਇਹ 21 ਦਿਨ ਤੋਂ ਸਟਾਰਟ ਕਰ ਲਓ, 2-3 ਵਾਰ ਹਫ਼ਤੇ ਹਫ਼ਤੇ ਦੇ ਗੈਪ ਨਾਲ ਅਲੱਗ ਅਲੱਗ ਜਗ੍ਹਾਵਾਂ ਤੋਂ 10-10 ਪੱਤੇ ਮਤਲਬ
ਉੱਪਰਲੇ 10 ਬੂਟਿਆਂ ਦੇ 10 ਬੂਟਿਆਂ ਦੇ ਉੱਪਰਲੇ ਪੱਤੇ ਨਾਲ ਰੰਗ ਮਿਲਾਓ ਇਹਦਾ। ਉੱਥੋਂ ਆਪਾਂ ਨੂੰ ਪਤਾ ਲੱਗ ਜੂ ਆਪਣੇ ਖੇਤ ਨੂੰ ਕਿੰਨੀ ਯੂਰੀਆ ਚਾਹੀਦੀ ਆ। ਬੇਲੋੜੀ ਯੂਰੀਆ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਇਹ ਆਪਣੇ ਪੱਤਾ ਰੰਗ ਚਾਟ ਆਉਂਦਾ, ਇੱਕ ਗ੍ਰੀਨ ਸਿੱਕਰ ਆਉਂਦਾ। ਸੋ ਇਹਦੇ ਨਾਲ ਆਪਣੀ ਯੂਰੀਆ ਪਾਓ ਅਤੇ ਆਪਣੇ ਪਰਿਵਾਰ ਨੂੰ ਬਚਾਓ। 5000 ਮੁਰਗੇ ਦਾ ਮੇਰਾ ਬੋਇਲਰ ਦਾ, ਅਤੇ ਘਰੇ ਮੈਨੇ ਮੁਰਗੀਆਂ ਰੱਖੀਆਂ ਨੇ ਦੇਸੀ ਮੁਰਗੀਆਂ। ਇਹ ਮੁਰਗੀਆਂ ਨੂੰ ਆਪਾਂ ਕੋਈ ਮਾਰਕੀਟ ਵਾਲੀ ਫੀਡ ਨਹੀਂ ਪਾਉਂਦੇ, ਖੁੱਲ੍ਹੇ ਬਾੜੇ 'ਚ ਰੱਖੀਆਂ ਹੋਈਆਂ ਨੇ, ਰੂੜੀ ਦੇ ਉੱਪਰ ਛੱਡੀਆਂ ਹੋਈਆਂ ਨੇ ਜੀ ਮੁਰਗੀਆਂ। ਪਿਓਰ ਔਰਗੈਨਿਕ ਹੈਗਾ ਜੀ ਇਹ। ਅਤੇ ਕਣਕ, ਮੱਕੀ ਅਤੇ ਬਾਜਰਾ, ਇਹਦੀ ਫੀਡ ਆਪਾਂ ਉਹਨਾਂ ਨੂੰ ਪਾਉਂਦੇ ਹਾਂ ਜਾਂ ਫਿਰ ਬਾਹਰੇ ਬਾੜੇ 'ਚ ਉਹ ਕਰਦੇ ਹਾਂ। ਘਰ ਦੀ ਕਣਕ ਜੀ, ਘਰ ਦੀ ਕਣਕ ਰੱਖਦੇ ਹਾਂ ਜੀ ਉਹ ਅਸੀਂ, ਕਣਕ ਦੀ ਉਹਦੀ ਲੇਟੀ ਕਰਕੇ ਫਿਰ ਉਹ ਕਰਦੇ ਹਾਂ। ਪਹਿਲਾਂ ਬੁੱਕ ਕਰ ਦਿੰਦੇ ਨੇ ਜੀ, ਜਿਵੇਂ ਜਿੰਨੀ ਕੁ ਜਿਸ ਨੂੰ ਲੋੜ ਹੁੰਦੀ ਆ, ਕੋਈ 5 ਕੁਇੰਟਲ 7 ਕੁਇੰਟਲ ਉਸ ਤਰ੍ਹਾਂ ਵਾਲਾ ਕਹਿ ਨਾ ਵੀ ਇੰਨੀ ਰੱਖਦੀ, ਉਹਨਾਂ ਦੀ ਉਨਾ ਕਣਕ ਰੱਖ ਦੇਣਾ ਜੀ। ਤੇ ਪਿਛਲੇ ਸਾਲ ਮੈਂ 2500 ਰੁਪਏ ਕੁਇੰਟਲ ਵੇਚੀ ਸੀ, ਪਿਛਲੇ ਸਾਲ ਮੈਨੇ 3500 ਰੁਪਏ ਕੁਇੰਟਲ ਵੇਚੇ ਜੀ। ਆਮ ਰੇਟ 2200 ਰੁਪਏ ਆ, 3500 ਰੁਪਏ ਕੁਇੰਟਲ ਆਪਾਂ ਨੇ ਕਣਕ ਵੇਚੀ ਸੀ। ਇਸ ਦਾ ਕਾਰਨ ਦੱਸ ਸਕਦੇ ਸਰ, ਇੰਨਾ ਫਰਕ ਰੱਖਿਆ ਜਿਹੜਾ? ਇਹ ਮੈਮ 1000 ਰੁਪਇਆ ਪਲੱਸ, ਜਿਹੜਾ 1000 ਰੁਪਇਆ ਪਲੱਸ ਮੈਂ ਥੋੜਾ ਜਿਵੇਂ ਝਾੜ ਵੀ ਘੱਟ ਜਾਂਦਾ ਇਹਦਾ, ਚਲੋ ਆਪਾਂ ਕਰਦੇ ਹਾਂ ਮੁੱਲ ਹੀ ਫਰਕ ਪੈਂਦਾ ਝਾੜ ਦਾ ਵੀ। ਬਟ ਇਹਦਾ ਮੇਨ ਮਕਸਦ ਇਹੀ 1000 ਪਲੱਸ ਇਹੀ ਰੱਖਿਆ ਵੀ ਕੈਮੀਕਲ ਤੇ ਪੈਸਟੀਸਾਈਡ ਫ੍ਰੀ ਹੈ ਜੀ, ਮੇਨ ਜਿਹੜਾ ਕਾਰਨ ਹੈ। ਠੀਕ ਹੈ। ਓਕੇ ਸਰ, ਜਿਹੜੇ ਕਿਸਾਨ ਵੀਰ ਹੈ ਜਿਨ੍ਹਾਂ ਨੇ ਆਪਣਾ ਕੋਈ ਜਿਵੇਂ ਤੁਸੀਂ ਆਪਣਾ ਪੋਲਟਰੀ ਫਾਰਮ ਹੈ ਤੁਹਾਡਾ, ਔਰ ਮਤਲਬ ਤੁਹਾਡੀ ਜਿਹੜੇ ਪ੍ਰੋਡਕਟ ਹੈ ਕੈਮੀਕਲ ਫ੍ਰੀ ਹੈ, ਤੁਸੀਂ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ, ਕੀ ਮੈਸੇਜ ਦੇਣਾ ਚਾਹੁੰਦੇ ਕਿ ਉਹ ਵੀ ਇਸ ਤਰ੍ਹਾਂ ਦੀ ਕੋਈ ਫਾਰਮਿੰਗ ਕਰਨ? ਮੈਂ ਇਹੀ ਕਹਿਣਾ ਚਾਹੂੰਗਾ ਫਾਰਮਰ ਨੂੰ, ਆਪਣਾ ਘੱਟੋ ਘੱਟ 1 ਏਕੜ ਆਪਣੇ ਪਰਿਵਾਰ ਜੋਗਾ ਕੈਮੀਕਲ ਤੇ ਪੈਸਟੀਸਾਈਡ ਫ੍ਰੀ ਜ਼ਰੂਰ ਕਰੋ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਕੈਂਸਰ ਵਰਗੀਆਂ ਬਿਮਾਰੀਆਂ ਬਹੁਤ ਵੱਧ ਚੁੱਕੀਆਂ ਨੇ। ਸੋ ਉਹਨਾਂ ਨੂੰ ਆਪਣਾ ਆਪਣੇ ਲਈ, ਚਲੋ ਆਪਣੇ ਬੱਚਿਆਂ ਲਈ 1 ਏਕੜ ਘੱਟੋ ਘੱਟ ਬਿਨਾਂ ਕੈਮੀਕਲ ਤੋਂ, ਬਿਨਾਂ ਪੈਸਟੀਸਾਈਡ ਤੋਂ। ਅੱਗੇ ਆਪਣੇ ਪੁਰਾਣੇ ਟਾਈਮ 'ਚ ਗੁਡਾਈਆਂ ਕਰਦੇ ਹੁੰਦੇ ਸੀ, ਆਪਾਂ ਹੁਣ ਕਿਉਂ ਨਹੀਂ ਕਰ ਸਕਦੇ? ਹੁਣ ਗੁਡਾਈਆਂ ਕਰ ਸਕਦੇ ਹਾਂ, ਜੇ ਕਣਕ ਦੇ ਵਿੱਚ ਗੁੱਲੀ ਡੰਡਾ ਹੋ ਗਿਆ ਉਹਦੀ ਗੁਡਾਈ ਕਰ ਦਿਓ, 2 ਗੁਡਾਈਆਂ ਹੁੰਦੀਆਂ ਨੇ ਵੱਧ ਤੋਂ ਵੱਧ ਜੀ, ਅਤੇ ਆਪਾਂ ਚਲੋ ਕੈਮੀਕਲ ਤੋਂ ਤਾਂ ਬਚ ਜਾਂਦੇ ਹਾਂ, ਬਿਮਾਰੀ ਤੋਂ ਤਾਂ ਬਚਾਂਗੇ। ਮੈਂ ਇਹੀ ਸਲਾਹ ਦੇਣਾ ਚਾਹੂੰਗਾ ਵੀ ਹਰੇਕ ਕਿਸਾਨ ਨੂੰ ਆਪਣੇ ਪਰਿਵਾਰ ਜੋਗਾ 1 ਕਿੱਲਾ ਦਾ ਘੱਟੋ ਘੱਟ ਔਰਗੈਨਿਕ ਕੈਮੀਕਲ ਫ੍ਰੀ ਕਰਨਾ ਚਾਹੀਦਾ ਜ਼ਰੂਰ। ਮੇਰਾ ਨਾਮ ਹਰਦੀਪ ਸਿੰਘ, ਮੇਰਾ ਪਿੰਡ ਆ ਸਕਰੌਬੀ, 7588077715 ਮੇਰਾ ਮੋਬਾਈਲ ਨੰਬਰ ਆ, ਅਤੇ ਮੈਂ ਕਣਕ ਦਾ ਆਟਾ ਅਤੇ ਕਣਕ ਵੀ ਸੇਲ ਕਰਦਾ, ਕਣਕ ਮੈਂ 50 ਰੁਪਏ ਕਿੱਲੋ ਸੇਲ ਕਰਦਾ ਜੀ। ਅਤੇ ਤੁਸੀਂ ਦੇਖ ਸਕਦੇ ਹੋ ਮੇਰੇ ਕਸਟਮਰ ਸਟੈਂਡੀ ਦੇ ਪਿਕਚਰ ਲੱਗੀਆਂ ਹੋਈਆਂ ਨੇ। ਥੈਂਕਸ। ਓਕੇ, ਉੱਥੇ ਸਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਨਾਲ ਬਹੁਤ ਸੋਹਣਾ ਮੈਸੇਜ ਵੀ ਦਿੱਤਾ ਗਿਆ ਕਿ ਔਰਗੈਨਿਕ ਖੇਤੀ ਹੈ ਜਿਹੜੀ ਉਹ ਕਰਨੀ ਚਾਹੀਦੀ, ਕੈਮੀਕਲ ਵਾਲੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ, ਅਤੇ ਇਸੇ ਦੇ ਨਾਲ ਹੀ ਅਸੀਂ ਇਜਾਜ਼ਤ ਲੈਂਦੇ ਹਾਂ। ਧੰਨਵਾਦ।